ਭਾਰਤ ਵਿੱਚ ਕੈਨੇਡਾ ਦੇ ਵੀਜ਼ਾ ਅਪਲੀਕੇਸ਼ਨ ਸੈਂਟਰ ਕਦੋਂ ਖੋਲਣੇ ਨੇ ਇਸ ਸਬੰਧੀ ਸਵਾਲ ਕਈ ਸਾਹਮਣੇ ਆ ਰਹੇ ਸੀ ਜਿਸ ਨੂੰ ਲੈ ਕੇ ਹੁਣ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਕਿ ਅਗਲੇ ਹਫਤੇ ਤੱਕ ਸੀਮਤ ਸਰਵਿਸ ਸ਼ੁਰੂ ਕੀਤੀ ਜਾ ਰਹੀ ਹੈ ਕੁਝ ਦਿਨ ਪਹਿਲਾਂ ਹੀ ਕੈਨੇਡਾ ਦੇ ਹਾਈ ਕਮਿਸ਼ਨ ਜੋ ਕਿ ਇੰਡੀਆ ਦੇ ਵਿੱਚ ਨੇ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਕੈਨੇਡਾ ਦੇ ਵੱਲੋਂ ਲਗਾਈ ਗਈ ਰੋਕ ਟਰੈਵਲ ਨੂੰ ਲੈ ਕੇ 31 ਅਕਤੂਬਰ ਤੱਕ ਲਾਗੂ ਹੈ ਤੇ ਇਸੇ ਦੌਰਾਨ ਕੈਨੇਡਾ ਦੇ ਵੀਜ਼ਾ ਅਪਲੀਕੇਸ਼ਨ ਸੈਂਟਰ ਨੇ ਜੋ ਇੰਡੀਆ ਵਿੱਚ ਉਹ ਉਸ ਸਮੇਂ ਬੰਦ ਰਹਿਣਗੇ ਤੇ ਇਹ ਫੈਸਲਾ ਸਟਾਫ ਤੇ ਕਲਾਇੰਟਸ ਦੀ ਸੁਰੱਖਿਆ ਨੂੰ ਲੈ ਕੇ ਕੀਤਾ ਗਿਆ ਪਰ ਇਸ ਦੇ ਨਾਲ ਹੀ ਜਿਸ ਸਮੇਂ ਵੀਜ਼ਾ ਅਪਲੀਕੇਸ਼ਨ ਸੈਂਟਰ ਬੰਦ ਰਹਿਣਗੇ ਤਾਂ ਅਧਿਕਾਰੀਆਂ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਕਿ ਅਗਲੇ ਹਫਤੇ ਤੱਕ ਸੀਮਤ ਤੌਰ ਦੇ ਉੱਤੇ ਸਰਵਿਸ ਨੂੰ ਸ਼ੁਰੂ ਕਰ ਦਿੱਤਾ ਜਾਵੇ ਤੇ ਇਹ ਪਾਸਪੋਰਟ ਸਬਮਿਸ਼ਨ ਸਰਵਿਸ ਹੈ ਉਹ ਸ਼ੁਰੂ ਕੀਤੀ ਜਾਣੀ ਹੈ ਇਸ ਤਰ੍ਹਾਂ ਜ਼ਿਕਰ ਇਹੋ ਕੀਤਾ ਗਿਆ ਕਿ ਅਗਲੇ ਹਫਤੇ ਤੱਕ ਸਰਵਿਸ ਸ਼ੁਰੂ ਕੀਤੀ ਜਾ ਸਕਦੀ ਹੈ ਪਰ ਇਸ ਦੇ ਵਿੱਚ ਏਨੇ ਦੱਸਿਆ ਗਿਆ ਕਿ ਆਖਿਰ ਕਿਹੜੀ ਤਰੀਕ ਤੋਂ ਇਹ ਸਰਵਿਸ ਸ਼ੁਰੂ ਹੋ ਸਕਦੀ ਹੈ ਕਿਉਂਕਿ ਇਸ ਦੇ ਉਤੇ ਇਹੋ ਕਿਹਾ ਗਿਆ ਹੈ ਕਿ ਅਗਲੇ ਹਫਤੇ ਤੋਂ ਸਰਵਿਸ ਸ਼ੁਰੂ ਕਰਨ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ ਇਸ ਸਮੇਂ ਜਿਸ ਬਾਰੇ ਉਹਨਾਂ ਕਿਹਾ ਹੈ ਕਿ ਜਲਦ ਹੀ ਉਹਨਾਂ ਦੇ ਵੱਲੋਂ ਇਸ ਦੇ ਉੱਤੇ ਵੀ ਜਾਣਕਾਰੀ ਦਿੱਤੀ ਜਾਵੇਗੀ ਤੇ ਨਾਲ ਹੀ ਵੀਜ਼ਾ ਅਪਲੀਕੇਸ਼ਨ ਸੈਂਟਰ ਦੀ ਸਰਵਿਸ ਨੂੰ ਲੈ ਕੇ ਜਿਹੜੇ ਵੀ ਬਦਲਾਅ ਨੇ ਉਸ ਤੇ ਸੰਬੰਧੀ ਜੋ ਵੀ ਐਲਾਨ ਹੈ ਉਹਨਾਂ ਦੇ ਵੱਲੋਂ ਇਸ ਸੰਬੰਧੀ ਪੂਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਜਾਵੇਗੀ ਇਸਰਾਨ ਹਾਈ ਕਮਿਸ਼ਨ ਦੇ ਵੱਲੋਂ ਜੋ ਇੰਡੀਆ ਦੇ ਵਿੱਚ ਨੇ ਕੈਨੇਡਾ ਦੇ ਕਿਹਾ ਗਿਆ ਕਿ ਜਿੰਨੇ ਵੀ ਯੋਗਤਾ ਰੱਖਣ ਵਾਲੇ ਵਿਅਕਤੀ ਨੇ ਜਾਂ ਪਰਿਵਾਰ ਨੇ ਇਸ ਸਮੇਂ ਫਾਈਲਾਂ ਦੀ ਪ੍ਰਕਿਰਿਆ ਰੁਕੀ ਹੋਣ ਕਰਕੇ ਉਹ ਸਮਝ ਸਕਦੇ ਨੇ ਕਿ ਉਹ ਪਰੇਸ਼ਾਨ ਨੇ ਪਰ ਉਹ ਡੀ ਕਰ ਰਹੇ ਨੇ ਕਿ ਕਿਸ ਤਰ੍ਹਾਂ ਉਹ ਵੀਜ਼ਾ ਐਪਲੀਕੇਸ਼ਨ ਸੈਂਟਰਸ ਨੂੰ ਮੁੜ ਤੋਂ ਸੁਰੱਖਿਅਤ ਤਰੀਕੇ ਨਾਲ ਖੋਲ ਸਕਣ ਜਿਸ ਦੇ ਲਈ ਉਹਨਾਂ ਕਿਹਾ ਕਿ ਕੈਨੇਡਾ ਦੇ ਵਿੱਚ ਆਉਣ ਦੇ ਜੋ ਚਾਹਵਾਨ ਨੇ ਉਹਨਾਂ ਦੀ ਉਹ ਕਦਰ ਕਰਦੇ ਨੇ ਤੇ ਨਾਲ ਹੀ ਸ਼ਲਾਘਾ ਕਰਦੇ ਨੇ ਕਿ ਵਿਅਕਤੀਆਂ ਦੇ ਵੱਲੋਂ ਕਾਫੀ ਸਬਰ ਦੇ ਨਾਲ ਇਸ ਸਮੇਂ ਚੁਣੌਤੀਆਂ ਭਰੇ ਸਮੇਂ ਦੇ ਦੌਰਾਨ ਉਡੀਕ ਕੀਤੀ ਗਈ ਤੇ ਜ਼ਿਕਰ ਹੋ ਗਿਆ ਹੈ ਕਿ ਕੈਨੇਡਾ ਦੇ ਵਿੱਚ ਬੇਸ਼ੱਕ 31 ਅਕਤੂਬਰ ਤੱਕ ਫਿਲਹਾਲ ਐਲਾਨ ਕੀਤਾ ਹੋਇਆ ਹੈ ਕਿ ਟ੍ਰੈਵਲ ਨੂੰ ਲੈ ਕੇ ਰੋਕ ਲਗਾਈ ਗਈ ਹੈ ਪਰ ਅਕਤੂਬਰ ਦਾ ਮਹੀਨਾ ਅਜਹਸੀ ਜਿਸ ਸਮੇਂ ਵੱਖ-ਵੱਖਰੇ ਐਲਾਨ ਅਜਿਹੇ ਕੀਤੇ ਗਏ ਜਦੋਂ ਟ੍ਰੈਵਲ ਨੂੰ ਲੈ ਕੇ ਢਿੱਲ ਦੇਣ ਦੇ ਫੈਸਲੇ ਕੀਤੇ ਗਏ 8 ਅਕਤੂਬਰ ਨੂੰ ਇਜਾਜ਼ਤ ਦਿੱਤੀ ਗਈ ਕਿ ਨੇੜੇ ਦੇ ਪਰਿਵਾਰਕ ਮੈਂਬਰ ਨੇ ਜੋ ਕੈਨੇਡੀਅਨ ਸਿਟੀਜ਼ਨ ਜਾਂ ਫਿਰ ਪੀਆਰ ਨੇ ਉਹ ਕੈਨੇਡਾ ਵਿੱਚ ਆ ਸਕਦੇ ਨੇ ਇਸ ਦੇ ਨਾਲ ਹੀ 20 ਅਕਤੂਬਰ ਤੋਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਵੀ ਇਜਾਜ਼ਤ ਦੇ ਦਿੱਤੀ ਗਈ ਹੈ ਕਿ ਉਹ ਕੈਨੇਡਾ ਦੇ ਵਿੱਚ ਆ ਸਕਦੇ ਨੇ ਪਰ ਇਸ ਦੇ ਵਾਸਤੇ ਜਿਹੜੇ ਵੀ ਇੰਸਟੀਟਿਊਸ਼ਨਸ ਦੇ ਵਿੱਚ ਉਹਨਾਂ ਨੇ ਐਡਮਿਸ਼ਨ ਲਈ ਹੈ ਉਹਨਾਂ ਦੇ ਵੱਲੋਂ ਇਹ ਸਥਾਈ ਬਣਾਉਣਾ ਜ਼ਰੂਰੀ ਹੋਵੇਗਾ ਕਿ ਇੰਟਰਨੈਸ਼ਨਲ ਸਟੂਡੈਂਟਸ ਦੀ ਸੁਰੱਖਿਆ ਨੂੰ ਲੈ ਕੇ ਉਹਨਾਂ ਨੇ ਪੂਰੇ ਇੰਤਜ਼ਾਮ ਕੀਤੇ ਹੋਏ ਨੇ ਜਿਸ ਤੋਂ ਬਾਅਦ ਉਹ ਆਪਣੇ ਇੰਸਟੀਟਿਊਸ਼ਨ ਦੇ ਵਿੱਚ ਪੜ੍ਹਨ ਦੇ ਵਾਸਤੇ ਕੈਨੇਡਾ ਆ ਸਕਦੇ ਨੇ 20 ਅਕਤੂਬਰ ਤੋਂ ਇਸ ਤਰ੍ਹਾਂ ਜਿੰਨੇ ਵੀ ਵਿਅਕਤੀ ਕੈਨੇਡਾ ਆ ਰਹੇ ਨੇ ਸਾਰਿਆਂ ਨੂੰ ਇਹੋ ਕਿਹਾ ਜਾ ਰਿਹਾ ਹੈ ਕਿ ਉਹ 14 ਦਿਨ ਦਾ ਕੁਆਰੰਟਾਈਨ ਨੂੰ ਲੈ ਕੇ ਆਪਣਾ ਪਲਾਨ ਜ਼ਰੂਰ ਨਾਲ ਰੱਖਣ ਤੇ 14 ਦਿਨ ਇਕੱਲੇ ਤੌਰ ਦੇ ਉਤੇ ਉਹਨਾਂ ਨੇ ਕਿੱਥੇ ਤੇ ਕਿਵੇਂ ਰਹਿਣਾ ਹੈ ਇਹ ਸਭ ਵਸੀਲਾ ਕੀਤੇ ਜਾਣ ਦੇ ਨਾਲ ਹੀ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਨੂੰ ਵਿਸਤ੍ਰਿਤ ਜਾਣਕਾਰੀ ਦੇਣੀ ਹੈ ਜਿਸ ਨੇ ਵੀ ਕੈਨੇਡਾ ਵਿੱਚ ਆਉਣਾ ਹੈ ਤੇ ਕੈਨੇਡਾ ਦੇ ਵਿੱਚ ਟਰੈਵਲ ਕਰਨ ਦੀ ਸੋਚ ਰਿਹਾ ਹੈ ਉਹ ਆਪਣੇ ਫੋਨ ਦੇ ਵਿੱਚ ਕੁਝ ਦਿਨ ਪਹਿਲਾਂ ਅਰਾਈਵ ਕੈਨ ਐਪਲੀਕੇਸ਼ਨ ਡਾਊਨਲੋਡ ਕਰ ਲਵੇ ਉਸ ਐਪਲੀਕੇਸ਼ਨ ਦੇ ਵਿੱਚ ਜਿਹੜੇ ਵੀ ਸਵਾਲ ਪੁੱਛੇ ਜਾਣਗੇ ਉਹਨਾਂ ਦੇ ਜਵਾਬ ਦੇ ਦਿੱਤੇ ਜਾਣ ਜਿਸ ਤੋਂ ਬਾਅਦ ਅਧਿਕਾਰੀਆਂ ਦੇ ਲਈ ਸੁਖਾਲਾ ਹੋ ਜਾਂਦਾ ਹੈ ਕਿ ਉਹਨਾਂ ਨੂੰ ਕੋਵਿਡ-19 ਨਾਲ ਸੰਬੰਧਿਤ ਵੀ ਤੇ ਨਾਲ ਹੀ ਹੋਰ ਜਿਹੜੇ ਸਵਾਲ ਨੇ ਕਈ ਇਸ ਸਮੇਂ ਦੇ ਹਾਲਾਤ ਨੂੰ ਦੇਖਤੇ ਹੋਏ ਉਹ ਦੁਬਾਰਾ ਤੋਂ ਪੁੱਛਣੇ ਨਹੀਂ ਪੈਂਦੇ ਜਿਸ ਕਰਕੇ ਉਹਨਾਂ ਦੇ ਕੋਲ ਪਹਿਲਾਂ ਹੀ ਜਾਣਕਾਰੀ ਪਹੁੰਚ ਜਾਂਦੀ ਹੈ ਕਿ ਤੁਸੀਂ 14 ਦਿਨ ਦੇ ਵਾਸਤੇ ਕਿਵੇਂ ਕੁਆਰੰਟੀਨ ਦਾ ਵਸੀਲਾ ਵੀ ਕੀਤਾ ਹੋਇਆ ਹੈ ਇਸਰਾਨ ਬਾਰਡਰ ਤੇ ਵੀ ਅਧਿਕਾਰੀਆਂ ਦੇ ਵੱਲੋਂ ਬਾਰ-ਬਾਰ ਕਿਹਾ ਜਾਂਦਾ ਹੈ ਕਿ ਅਰਾਈਵ ਕੈਨ ਐਪਲੀਕੇਸ਼ਨ ਨੂੰ ਆਪਣੇ ਫੋਨ 'ਚ ਡਾਊਨਲੋਡ ਜ਼ਰੂਰ ਕੀਤਾ ਜਾਵੇ ਤੇ ਇਸ ਸਮੇਂ ਜੋ ਫਾਈਲਾਂ ਦੀ ਪ੍ਰਕਿਰਿਆ ਚੱਲ ਰਹੀ ਹੈ ਉਸ ਨੂੰ ਲੈ ਕੇ ਪਾਸਪੋਰਟ ਦੀ ਜੋ ਸਰਵਿਸ ਹੈ ਸੀਮਤ ਤੌਰ ਤੇ ਹੀ ਸਹੀ ਪਰ ਹੁਣ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਪਾਸਪੋਰਟ ਜਮਾ ਕਰਵਾਏ ਜਾ ਸਕਦੇ ਨੇ ਤੇ ਉਹਨਾਂ ਦੇ ਉੱਤੇ ਫਿਰ ਵੀਜ਼ਾ ਲੱਗ ਕੇ ਆਉਂਦਾ ਕਿਉਂਕਿ ਬਹੁਤ ਸਾਰੀਆਂ ਫਾਈਲਾਂ ਦੀ ਪ੍ਰਕਿਰਿਆ ਇਸੇ ਕਰਕੇ ਰੁਕੀ ਹੋਈ ਸੀ ਕਿਉਂਕਿ ਉਹਨਾਂ ਤੋਂ ਪਾਸਪੋਰਟ ਨਹੀਂ ਸੀ ਮੰਗਵਾਏ ਜਾ ਰਹੇ ਵੀਜ਼ਾ ਐਪਲੀਕੇਸ਼ਨ ਸੈਂਟਰ ਬੰਦ ਹੋਣ ਕਰਕੇ ਪਰ ਹੁਣ ਅਗਲੇ ਹਫਤੇ ਤੋਂ ਵੀਜ਼ਾ ਐਪਲੀਕੇਸ਼ਨ ਸੈਂਟਰ ਇੰਡੀਆ ਦੇ ਵਿੱਚ ਸੀਮਤ ਸਰਵਿਸ ਸ਼ੁਰੂ ਕਰ ਰਹੇ ਨੇ ਐਲਾਨ ਕੀਤਾ ਗਿਆ ਤੇ ਜੇਕਰ ਇਸ ਦੇ ਉੱਤੇ ਕੋਈ ਵੀ ਹੋਰ ਅਪਡੇਟ ਸਾਹਮਣੇ ਆਉਂਦੀ ਹੈ ਤਾਂ ਨਾਲ ਹੀ ਅਸੀਂ ਤੁਹਾਨੂੰ ਦੱਸਾਂਗੇ